ਵਾਹਿਗੁਰੂ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾ ਯਾਤਰਾ ਆਰੰਭ ਹੋ ਰਹੀ ਹੈ ਜੀ। ਅੱਛਾ, ਆਪੇ ਲਈ ਇਸ ਵਾਰ ਆਪ ਬੋਲੀਏ, ਕਿਉਂਕਿ ਪਿਆ ਸੀ ਬਰਫ਼ ਇੰਨੀ ਜ਼ਿਆਦਾ ਸੀਗੀ। ਉਹ ਫੌਜ ਨੇ ਅਤੇ ਪੁਲਿਸ ਵਾਲਿਆਂ ਨੇ ਰਲ ਕੇ ਕਿਸ ਤਰ੍ਹਾਂ ਸੰਗਤਾਂ ਦੀ ਮਦਦ ਕੀਤੀ, ਕਿਸ ਤਰ੍ਹਾਂ ਖੜ੍ਹੇ ਪੈਰ ਇੱਕ ਰਸਤਾ ਹੋਰ ਬਣਾਇਆ, ਫਿਰ ਅਗਲੀ ਵੀਡੀਓ 'ਚ ਮੈਂ ਤੁਹਾਨੂੰ ਆਹ ਸਾਰਾ ਕੁਝ ਦਿਖਾਊਂਗਾ। ਵਾਹਿਗੁਰੂ ਸੱਚਾ ਪਾਤਸ਼ਾਹ, ਗਲਤੀ ਬੜਾ ਮਾਫ਼ ਕਰ। ਚਲੋ ਤੁਸੀਂ ਹੌਲੀ ਹੌਲੀ ਚੱਲੋ ਫਿਰ, ਠੀਕ ਹੈ ਉਦਾਂ, ਠੀਕ ਹੈ, ਡੰਡੇ ਛੱਡ ਦਿਓ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉਹ ਮੇਰੇ ਵਾਹਿਗੁਰੂ,
ਚੌਂਕੀਆਂ ਝੰਡੇ ਪੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਰਨੀ ਮਾਤੀ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖੇ ਆਪਣੇ ਪੰਥ ਦੇ ਸਦਾ ਸ਼ਹੀਦ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰਤਾ ਪਿਆ ਸਥਾਨ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਜੀ ਦੀ 2024 ਦੀ ਯਾਤਰਾ ਆਰੰਭ ਹੋ ਰਹੀ ਹੈ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਕੇ ਹਜ਼ੂਰ ਅਰਦਾਸ ਬੇਨਤੀ ਹੈ ਮਹਾਰਾਜ ਬੇਅੰਤੀ ਸੰਗਤਾਂ ਆਪ ਜੀ ਦੇ ਦਰਬਾਰਾਂ ਤੇ ਹਾਜ਼ਰੀਆਂ ਭਰ ਰਹੀਆਂ ਹਨ ਸਭਨਾਂ ਦੀਆਂ ਹਾਜ਼ਰੀਆਂ ਦਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਮਹਾਰਾਜ ਦਰੋਂ ਘਰੋਂ ਵਸਾਏ 9 ਮਾਊਂਟੇਨ ਬਗਰੇਡ 418 ਫੀਲਡ ਇੰਜੀਨੀਅਰ ਕੰਪਨੀ ਤੇ ਸਾਰੀ ਭਾਰਤੀ ਫੌਜ ਵੱਲੋਂ ਮਹਾਰਾਜ ਆਪ ਜੀ ਦੇ ਦਰਬਾਰ ਦੇ ਰਸਤਿਆਂ ਦੀਆਂ ਸੇਵਾਵਾਂ ਕੀਤੀਆਂ ਗਈਆਂ ਹਨ ਮਹਾਰਾਜ ਸੇਵਾ ਲੇਖੇ ਵਿੱਚ ਲਾਉਣੀ ਦੇਸ਼ ਕੌਮ ਦੀ ਸੇਵਾ ਕਰਨ ਦੇ ਬਲ ਉਦਮ ਬਖਸ਼ਣੇ ਸਾਰੇ ਹੀ ਜਵਾਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਖੁਸ਼ੀਆਂ ਬਖਸ਼ਣੀਆਂ ਸਮੂਹ ਮੈਨੇਜਮੈਂਟ ਟਰੱਸਟ ਤੇ ਸਾਰੇ ਹੀ ਸੇਵਾਦਾਰ ਤੇ ਪੀਟੀ ਸਿਮਰਨ ਚੈਨਲ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕਰਕੇ ਆਪਣੇ ਦਰਬਾਰਾਂ ਦੀ ਸੇਵਾ ਆਪ ਕਰਵਾ ਲੈਣੀ ਮਹਾਰਾਜ ਆਪ ਜੀ ਕੇ ਹਜ਼ੂਰ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਸ਼ਬਦ ਚੌਂਕੀ ਚੌਪਈ ਸਾਹਿਬ ਸ੍ਰੀ ਆਨੰਦ ਸਾਹਿਬ ਜੀ ਕੇ ਭੋਗ ਜੀ ਕੀ ਅਰਦਾਸ ਹੈ ਜੀ ਭੁੱਲ ਚੁੱਕ ਮਾਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਮਹਾਰਾਜ ਆਪ ਜੀ ਕੇ ਹਜ਼ੂਰ ਆਪ ਜੀ ਦੇ ਸਾਜੇ ਨਿਵਾਜੇ 5 ਸਿੰਘ ਸਹਿਬਾਨ 5 ਪਿਆਰੇ ਗ੍ਰੰਥੀ ਸਿੰਘ ਸੇਵਾਦਾਰ ਸਾਰੀਆਂ ਸੰਗਤਾਂ ਦੀ ਸ਼ੁਕਰਾਨੇ ਦੀ ਅਰਦਾਸ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀਆਂ ਦੇਗਾਂ ਹਾਜ਼ਰ ਹਨ ਦਰ ਪ੍ਰਵਾਨ ਹੋਣ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਰਾ ਕੇ ਭਈ ਅਕਾਲ ਕੀ ਤਵੇ ਚਲਾਇਓ ਪੰਥ ਆਪ ਸਿੱਖਣ ਦਾ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮੰਨਿਓ ਪ੍ਰਗਟ ਗੁਲਾਮੀ ਦੇਹ ਜੋ ਪ੍ਰਭ ਕੋ ਮਿਲ ਬੋਝੈ ਕੋਈ ਸ਼ਬਦ ਮੈਂ ਦੇਹ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਵਾਰ ਹੋਏ ਸਭ ਮਿਲੇਗੇ ਸੋਨਿਹਾਰ
ਬੈਠ ਪਏ ਹੋ ਚੁੱਕੇ ਗੌਰਵ ਭਈਆ ਨਮਸਤੇ ਪਿੱਛੇ ਬਹੁਤ ਹੈ ਐਸੇ ਨਹੀਂ ਕੰਮ ਚਲੇਗਾ ਗਲੇ ਲੱਗਣਾ ਪੜੇਗਾ ਬਸ ਬੜੀਆ ਆਪ ਸੁਣਾਈਏ ਕੈਸੇ ਹੋ ਕੈਸੇ ਹੋ ਬਹੁਤ ਬੜੀਆ ਭਾਈ ਅੱਛਾ ਅਬ ਪਹਿਲੇ ਇਸ ਵਾਰ ਆਪ ਬੋਲੀਏ ਕਿਉਂਕਿ ਨਾ ਮੈਂ ਨਾ ਜਬ ਵੀਡੀਓ ਐਡਿਟ ਕੀਆ ਲਾਸਟ ਟਾਈਮ ਵਾਲਾ ਮੈਂ ਇਤਨਾ ਐਕਸਾਈਟਡ ਹਾਂ ਆਪਸੇ ਮਿਲਨੇ ਕੇ ਲੀਏ ਮੈਨੇ ਦੇਖਾ ਮੈਂ ਖੁਦ ਹੀ ਬੋਲ ਬੋਲ ਕੇ ਚੁੱਪ ਕਰਕੇ ਗੌਰਵ ਭਾਈ ਕੋ ਬੋਲਨੇ ਹੀ ਨਹੀਂ ਦਿਆ ਬਾਕੀ ਬਹੁਤ ਅੱਛਾ ਲਗਾ ਅਬ ਯਾਤਰਾ ਅੱਛੀ ਚੱਲ ਰਹੀ ਹੈ ਅੱਜ ਦਰਸ਼ਨ ਹੋਏ ਪਹਿਲੇ ਦਿਨ ਦਰਸ਼ਨ ਹੋਣਾ ਸੌਭਾਗਯ ਕੀ ਬਾਤ ਹੈ ਜੋ ਕਿ ਵੀਰ ਜੀ ਨੇ ਵੀ ਕਿਹਾ ਹਮਨੇ ਵੀ ਇਸਕੇ ਸਾਕਸ਼ੀ ਬਣੇ ਹਮ ਵੀ ਕਰ ਪਾਏ ਦਰਸ਼ਨ ਔਰ ਬਾਕੀ ਪ੍ਰਕਿਰਤਿ ਕੇ ਖੂਬਸੂਰਤ ਨਜ਼ਾਰੇ ਔਰ ਹਲਕੀ ਹਲਕੀ ਠੰਡ ਜੀ ਬਿਲਕੁਲ ਬਾਕੀ ਮਿਲ ਕੇ ਬਹੁਤ ਅੱਛਾ ਲੱਗਾ ਐਸੀ ਮੁਲਾਕਾਤ ਹਰ ਸਾਲ ਹੁੰਦੀ ਰਹੀ ਜੀ ਮੈਨੂੰ ਸੋਚਿਆ ਤਾਂ ਆਪ ਪਹੁੰਚਾਂਗੇ ਨਹੀਂ ਨਹੀਂ ਮੈਂ ਕਿਉਂ ਨਹੀਂ ਕੈਮਰਾ ਲਗਾ ਕੇ ਤਾਂ ਕੈਸੇ ਮੈਨੇ ਜਾਣ ਬੁੱਝ ਕੇ ਫੇਸ ਕੇ ਉੱਪਰ ਨਾ ਕੈਮਰਾ ਰੱਖਾ ਹੋਇਆ ਤਾਂ ਮੈਨੇ ਆਪਨੇ ਦੇਖਾ ਵੀ ਦੇਖ ਕੇ ਫਿਰ ਆਪਨੇ ਆਪਨੇ ਫਿਰ ਜਦ ਮੈਨੇ ਨੀਚੇ ਕੀਆ ਮੈਂ ਦੇਖਦੇ ਹਾਂ ਆਪ ਪਹਿਚਾਨਦੇ ਕਿ ਨਹੀਂ ਪਹਿਚਾਨਦੇ ਇਸ ਲਈ ਔਰ ਘਰ ਮੇ ਕੈਸੇ ਬਹੁਤ ਬੜੀ ਪਾਪਾ ਜੀ ਕੀ ਰਿਟਾਇਰਮੈਂਟ ਹੋ ਗਿਆ ਰਿਟਾਇਰਮੈਂਟ ਹੋ ਗਈ ਬਹੁਤ ਬੜੀਆ ਬੜੀਆ ਮੈਨੇ ਕਿਹਾ ਤਾਂ ਉਸ ਦਿਨ ਮੈਸੇਜ ਦਰਸ਼ਨ ਕਰਤੇ
जो भी तो द्वापर की बात है, सतयुग द्वापर त्रेता का अब कलयुग चला है, तो उस समय ये बोला कि ये समय जो है कि जो भी भक्त आपके दर्शन मात्र के लिए आएगा उससे बोला उसे भक्त का भी कल्याण होगा, इसलिए न तो लोग क्यों आते हैं। तो इसी प्रकार से जो है कि उन्होंने यहाँ पे तप किया, हजारों वर्ष तप किए, तो तप करने के बाद उनका पुनर्जन्म हुआ। उनके लक्षण पिछले साल निशान साहब ਦਾ ਜਿਹੜਾ ਨੀਚੇ ਵਾਲਾ ਹਿੱਸਾ ਬਿਲਕੁਲ ਵੀ ਨਹੀਂ ਦਿਖਦਾ ਪਿਆ ਸੀ, ਬਰਫ਼ ਇੰਨੀ ਜ਼ਿਆਦਾ ਸੀਗੀ, ਅਤੇ ਬਰਫ਼ ਐਤਕੀ ਵੀ ਕਾਫੀ ਆ, ਬਸ ਠੀਕ ਆ। ਅਭੀ ਦਿਖਾ ਯਹਾਂ ਸੇ ਹੈਲੀਪੈਡ। ਧੱਕਾ ਨਾ ਮਾਰਿਓ ਬਸ ਮੈਨੂੰ ਕੋਈ, ਲਓ ਮੇਰੇ ਵੀਰ ਜੀ ਤੁਸੀਂ ਯਾਦ ਕਰਾਤਾ ਵਧੀਆ ਤਰੀਕੇ, ਹੋਰ ਨਹੀਂ ਤਾਂ ਸਾਡੀ ਪੂਰੀ ਤਿਆਰੀ। ਥੈਂਕ ਯੂ। ਹਾਂਜੀ ਦੋਸਤੋ, ਵੀਡੀਓ ਕਿੱਦਾਂ ਦੀ ਲੱਗੀ? ਅਤੇ ਇੱਕ ਜ਼ਰੂਰੀ ਗੱਲ ਤੁਹਾਡੇ ਨਾਲ ਕਰਨੀ ਸੀਗੀ। ਪਹਿਲੀ ਗੱਲ ਤਾਂ ਤੁਹਾਨੂੰ ਮੈਂ ਦੱਸਦਾ ਕਿ ਇਸ ਵੀਡੀਓ ਦੇ ਵਿੱਚ ਮੈਂ ਜ਼ਿਆਦਾ ਬੋਲਿਆ ਨਹੀਂ, ਮੈਂ ਕਾਫੀ ਕੁਝ ਬੋਲ ਸਕਦਾ ਸੀ, ਦੱਸ ਸਕਦਾ ਸੀ, ਮਗਰ ਮੈਂ ਚਾਹੁੰਦਾ ਸੀਗਾ ਕਿ ਤੁਸੀਂ ਵੀਡੀਓ ਨੂੰ ਦੇਖ ਕੇ ਇੱਕ ਫੀਲ ਕਰੋ ਕਿ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਤੁਸੀਂ ਖੁਦ ਹਾਂ, ਬਾਹਰੋਂ ਖੁਦ ਤੁਸੀਂ ਦਰਸ਼ਨ ਕਰਦੇ ਪਏ ਹਾਂ। ਤਾਂ ਇਸ ਕਰਕੇ ਮੈਂ ਕੁਝ ਬੋਲੇ ਬਗੈਰ ਇਹ ਵੀਡੀਓ ਸਾਇਲੈਂਟ ਹੀ ਬਣਾਈ ਆ ਤਕਰੀਬਨ। ਅਤੇ ਹੁਣ ਮੈਂ ਤਾਂ ਬੋਲ ਰਿਹਾ ਵਾਂ ਕਿ ਜਦੋਂ ਅਸੀਂ ਥੱਲੇ ਉਤਰਨ ਲੱਗੇ ਸੀ, ਸਾਰੀਆਂ ਸੰਗਤਾਂ ਥੱਲੇ ਉਤਰਨ ਲੱਗੀਆਂ ਸੀ 25 ਮਈ ਪਹਿਲੇ ਦੇਣੀ, ਤਾਂ ਥੱਲੇ ਥੋੜ੍ਹਾ ਜਿਹਾ ਪੰਗਾ ਹੋ ਗਿਆ ਸੀਗਾ ਗਲੇਸ਼ੀਅਰ 'ਤੇ, ਜਿਹਦੇ ਕਰਕੇ ਪਹਿਲਾਂ ਤਾਂ ਇਸ ਜਗ੍ਹਾ 'ਤੇ ਸੰਗਤਾਂ ਰੁਕੀਆਂ ਰਹੀਆਂ 3-4 ਘੰਟੇ, ਫਿਰ ਇਸ ਜਗ੍ਹਾ ਤੋਂ ਨਿਕਲੇ ਤਾਂ ਅੱਗੇ ਜਾ ਕੇ ਇੱਕ ਹੋਰ ਗਲੇਸ਼ੀਅਰ ਆ ਗਿਆ, ਜਿੱਥੇ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸੂੰਗਾ ਕੀ ਕੁਝ ਹੋਇਆ। ਮੈਨੂੰ ਨਹੀਂ ਲੱਗਦਾ ਇਸ ਗੱਲ 'ਤੇ ਕੋਈ ਵੀਡੀਓ ਬਣੀ ਆ, ਹੋ ਸਕਦਾ ਇੱਕ ਅੱਧੀ ਵੀਡੀਓ ਬਣੀ ਹੋਵੇ, ਮਗਰ ਮੈਂ ਥੋੜ੍ਹਾ ਲੇਟ ਹੋ ਗਿਆ ਕੁਝ ਦਿਨ, ਮੈਂ ਵੀਡੀਓ ਪਹਿਲਾਂ ਪਾਉਣੀ ਸੀਗੀ, ਅਤੇ ਮਗਰ ਚਲੋ ਹੁਣ ਪਾ ਰਿਹਾ ਵਾਂ। ਅਤੇ ਤੁਹਾਨੂੰ ਅਗਲੀ ਵੀਡੀਓ 'ਚ ਮੈਂ ਸਾਰਾ ਕੁਝ ਦੱਸੂੰਗਾ ਕੀ ਹੋਇਆ ਸੀ, ਕਿੰਨੇ ਘੰਟੇ ਅਸੀਂ ਰੁਕੇ, ਕਦੋਂ ਕਦੋਂ ਅਸੀਂ ਪਹੁੰਚੇ, ਅਤੇ ਸੰਗਤਾਂ ਦੇ ਵਿੱਚ ਕੌਣ ਕੌਣ ਸੀ, ਅਤੇ ਫੌਜ ਨੇ ਅਤੇ ਪੁਲਿਸ ਵਾਲਿਆਂ ਨੇ ਰਲ ਕੇ ਕਿਸ ਤਰ੍ਹਾਂ ਸੰਗਤਾਂ ਦੀ ਮਦਦ ਕੀਤੀ, ਕਿਸ ਤਰ੍ਹਾਂ ਖੜ੍ਹੇ ਪੈਰ ਇੱਕ ਰਸਤਾ ਹੋਰ ਬਣਾਇਆ, ਅਤੇ ਇੱਕ ਇੱਕ ਜਣੇ ਨੂੰ ਹੱਥ ਫੜ ਕੇ ਨੰਘਾਇਆ। ਅਤੇ ਚੈਨਲ 'ਤੇ ਬਣੇ ਰਹੋ, ਜੇ ਕਿਸੇ ਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬਿੱਲ ਘੰਟੀ ਦਾ ਬਟਨ ਨੱਪ ਦਿਓ। ਤਾਂ ਅਗਲੀ ਵੀਡੀਓ ਦੇ ਵਿੱਚ ਮਿਲਦੇ ਹਾਂ, ਅਗਲੀ ਵੀਡੀਓ 'ਚ ਮੈਂ ਤੁਹਾਨੂੰ ਆਹ ਸਾਰਾ ਕੁਝ ਦਿਖਾਊਂਗਾ। ਚੈਨਲ 'ਤੇ ਬਣੇ ਰਹੋ ਦੋਸਤੋ, ਸਤਿ ਸ਼੍ਰੀ ਅਕਾਲ।